ਫਗਵਾੜਾ ਨਿਊਜ਼, ਮੈਂ ਹਾਂ ਕਰਨਲ ਅੰਸ਼ਲੀ। ਫਗਵਾੜਾ ਦੇ ਪਲਾਹੀ ਰੋਡ ਤੇ ਆਨਲਾਈਨ ਕੋਰੀਅਰ ਦਾ ਕੰਮ ਕਰਦਿਆਂ ਨੌਜਵਾਨਾਂ ਦਾ ਆਪਸੀ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਦੋ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਾਇਆ ਗਿਆ। ਮੌਕੇ ਤੇ ਜ਼ਖਮੀਆਂ ਦੀ ਪਛਾਣ ਰਾਜਕੁਮਾਰ ਅਤੇ ਹਰਮਨ ਵਜੋਂ ਹੋਈ। ਦੋਵਾਂ ਧੀਰਾਂ ਵੱਲੋਂ ਇੱਕ ਦੂਜੇ ਉੱਤੇ ਗੰਭੀਰ ਆਰੋਪ ਲਗਾਏ ਜਾ ਰਹੇ ਹਨ। ਕੋਰੀਅਰ ਸਰਵਿਸ ਦੇ ਮਾਲਕ ਅਨਿਲ ਕੁਮਾਰ ਨੇ ਦੱਸਿਆ ਕਿ ਉਹਨਾਂ ਦਾ ਪਲਾਹੀ ਰੋਡ ਤੇ ਈ ਕਮ ਆਨਲਾਈਨ ਕੋਰੀਅਰ ਸਰਵਿਸ ਦਾ ਕੰਮ ਹੈ ਅਤੇ ਉਹਨਾਂ ਦੇ ਦਫ਼ਤਰ 'ਚ ਲੱਗੇ ਲੜਕਿਆਂ ਦਾ ਸੁਪਰਵਾਈਜ਼ਰ ਨਾਲ ਝਗੜਾ ਹੋ ਗਿਆ, ਜਿਸ ਦੇ ਚਲਦਿਆਂ ਉਕਤ ਲੜਕੇ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਲਿਆ ਕੇ ਸੁਪਰਵਾਈਜ਼ਰ ਦੀ ਕੁੱਟਮਾਰ ਕੀਤੀ ਗਈ। ਉਹਨਾਂ ਵੱਲੋਂ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਫਗਵਾੜ ਤੋਂ ਸੰਜੀਤ ਸਿੰਘ ਸੋਨੀ ਦੇ ਨਾਲ ਜਸ਼ ਸ਼ਰਮਾ ਦੀ ਰਿਪੋਰਟ। ਕੋਈ ਲੋਕ ਪਹਿਚਾਣ ਦੇ ਵਿੱਚ ਆਏ ਆ? ਕਿੰਨੇ ਵਿਅਕਤੀ ਆਏ ਸੀ? ਚਾਰ ਮੁੰਡੇ, ਮੈਨੂੰ ਵੀ ਥੋੜਾ ਟਾਈਮ ਹੀ ਹੋਇਆ ਕੰਮ ਤੇ ਲੱਗੇ ਨੂੰ। ਕਿੱਥੇ ਲੱਗੇ ਆ ਕੰਮ ਤੇ? ਸਿਟੀ ਪਾਲਸ ਦੇ ਸਾਹਮਣੇ ਹੀ ਕੰਮ ਦਾ ਦਫ਼ਤਰ ਆ ਜੀ। ਹਾਂਜੀ, ਕੋਰੀਅਰ ਦਾ ਹੀ ਕੰਮ। ਅੱਛਾ ਜੀ, ਤੇ ਪਹਿਲਾਂ ਵੀ ਕੋਈ ਆਪਣੀ ਲਾਗਡਾਟ? ਪਹਿਲਾਂ ਕੋਈ ਲਾਗਡਾਟ ਨਹੀਂ ਜੀ। ਹਾਂਜੀ, ਇਹਨਾਂ ਕੋਲ ਕੈਂਚੀਆਂ ਕੁੰਚੀਆਂ ਸੀਗੀਆਂ, ਦਾਤ ਲੈ ਕੇ ਆਇਆ ਜੀ ਨਾਲ। ਕਿੰਨੇ ਵਿਅਕਤੀ ਸੀ? 4-5 ਜਾਣੇ ਸੀਗੇ ਜੀ। ਕੋਈ ਸੀਸੀਟੀਵੀ ਕੈਮਰੇ ਚ ਆਏ ਬੰਦੇ? ਹਾਂਜੀ ਹਾਂਜੀ, ਸੀਸੀਟੀਵੀ ਲੱਗੇ ਹੋਏ ਜੀ। ਤੇ ਕੋਈ ਮਤਲਬ ਕਿ ਪੁਲਿਸ ਨੇ ਸ਼ਿਕਾਇਤ ਕੀਤੀ ਇਸ ਮਾਮਲੇ ਨੂੰ ਲੈ ਕੇ? ਨਹੀਂ ਸਰ, ਹਲੇ ਆਏ ਹੀ ਹਾਂ ਮੈਂ। ਆਪਣਾ? ਰਾਹੁਲ ਕੁਮਾਰ। ਹਾਂਜੀ, ਰਾਹੁਲ ਕੁਮਾਰ। ਰਾਹੁਲ ਕੁਮਾਰ ਜੀ, ਕੀ ਮਾਮਲਾ, ਕੀ ਸਿਵਲ ਹਸਪੀਟਲ 'ਚ ਆਏ ਹੋ ਤੁਸੀਂ ਅੱਜ? ਕੁਛ ਨਹੀਂ, ਅਸੀਂ ਕੋਰੀਅਰ ਕੰਪਨੀ 'ਚ ਕੰਮ ਕਰਦੇ ਸੀਗੇ ਅਤੇ ਉੱਥੇ ਮੈਨੇਜਰ ਨਾਲ ਗੱਲ ਹੋਈ ਸੀ ਅਤੇ ਅੱਜ ਸਾਨੂੰ ਪਾਰਸਲ ਪੁਰਸਲ ਦਾ ਰੌਲਾ ਸੀਗਾ ਕੁਛ, ਅਤੇ ਅਸੀਂ ਗਏ ਸੀਗੇ ਅਤੇ ਉਹ ਮੁੰਡੇ ਨਾਲ ਗੱਲ ਹੋਈ ਅਤੇ ਮੁੰਡੇ ਨੇ ਫੋਨ ਕੀਤਾ, ਉਹਨੇ ਕਿਹਾ ਮੈਂ ਕੰਮ ਨਹੀਂ ਕਰਨਾ, ਹੁਣ ਮੇਰੀ ਸੈਲਰੀ ਨਾ ਹੋਲਡ ਕਰਿਓ, ਅਤੇ ਇਹੀ ਗੱਲ ਹੋਈ ਆ। ਅਤੇ ਉਸ ਤੋਂ ਬਾਅਦ ਮੁੰਡੇ ਨੇ ਫੋਨ ਕੀਤਾ ਅਤੇ ਉਹਨੂੰ ਗਾਲਾਂ ਕੱਢਣ ਲੱਗ ਪਿਆ, ਕਹਿੰਦਾ ਤੂੰ ਔਫਿਸ ਆ ਕੇ ਮਿਲ। ਜਦੋਂ ਅਸੀਂ ਔਫਿਸ ਗਏ, ਔਫਿਸ ਗੱਲ ਕਰਦੇ ਕਰਦੇ ਇਹਨਾਂ ਦੇ ਨਾਲ ਦੇ ਮੁੰਡੇ ਰਾਮ ਲੁਹਾਇਆ, ਰਮਨਜੋਤ, ਅਨਿਲ ਕੁਮਾਰ ਮੈਨੇਜਰ ਅਤੇ ਵਰੁਣ। ਕਿੰਨੇ ਵਿਅਕਤੀਆਂ ਨੇ ਤੁਹਾਡੇ ਉੱਪਰ ਹਮਲਾ ਕੀਤਾ? ਚਾਰ ਵਿਅਕਤੀ ਸੀ। ਚਾਰ ਵਿਅਕਤੀ ਸੀ, ਕੋਈ ਨਾਮ ਵਗੈਰਾ ਹੈ ਉਹਨਾਂ ਦੇ? ਰਾਮ ਲੁਹਾਇਆ, ਰਮਨਜੋਤ, ਅਨਿਲ ਕੁਮਾਰ, ਵਰੁਣ। ਸਰ, ਇਹ ਕੋਰੀਅਰ ਦੀ ਦੁਕਾਨ ਹੈ ਕਿੱਥੇ? ਆ ਸਿਟੀ ਪੈਲਸ ਦੇ ਮੂਹਰੇ। ਸਿਟੀ ਪੈਲਸ ਸਾਹਮਣੇ ਫਲਾਈ ਰੋਡ। ਅਤੇ ਕਿੰਨੇ ਕੁ ਵਜੇ ਹਾਦਸਾ ਹੋਇਆ ਲੜਾਈ ਨੂੰ? ਹੁਣੇ ਅੱਧਾ ਘੰਟਾ ਪਹਿਲਾਂ ਹੋਇਆ। ਅੱਧਾ ਘੰਟਾ ਪਹਿਲਾਂ? ਅਤੇ ਕਿਸ ਚੀਜ਼ ਨਾਲ ਤੁਹਾਡੇ ਉੱਪਰ ਵਾਰ ਕੀਤਾ ਇਹਨਾਂ ਨੇ? ਮੇਰੇ ਪਹਿਲਾਂ ਉਹਨਾਂ ਨੇ ਕੜੇ ਮਾਰੇ ਅਤੇ ਉਹਨਾਂ ਨੇ ਦਾਤ ਕੱਢੀ ਆ, ਸਾਡੇ ਕੋਲ ਵੀਡੀਓ ਆ ਦਾਤ ਕੱਢੀ ਦੀ। ਹੈਗੀ ਤੁਹਾਡੇ ਕੋਲ ਵੀਡੀਓ? ਅਤੇ ਪੁਲਿਸ ਸ਼ਿਕਾਇਤ ਕੀਤੀ ਇਸ ਮਾਮਲੇ ਲੈ ਕੇ? ਕਰਤੀ ਹੈ। ਪੁਲਿਸ ਆਈ ਸੀ ਮੌਕੇ 'ਤੇ? ਨਹੀਂ, ਮੌਕੇ 'ਤੇ ਪੁਲਿਸ ਆਈ ਨਹੀਂ। ਕਿਸ ਰੋਡ ਦੇ ਉੱਪਰ ਦੁਕਾਨ ਆ ਸਰ? ਹਾਂਜੀ, ਕਿਹੜੀ ਰੋਡ ਦੇ ਉੱਪਰ ਦੁਕਾਨ ਆਪਣੀ? ਦੁਕਾਨ ਕਿਸ ਰੋਡ ਦੇ ਉੱਪਰ? ਫਲਾਈ ਰੋਡ 'ਤੇ, ਸਿਟੀ ਪੈਲਸ। ਕਿਸ ਨਾਂ ਦੇ ਉੱਪਰ ਹੈ ਦੁਕਾਨ? ਈਕੋਮ ਐਕਸਪ੍ਰੈਸ। ਹੈਂਜੀ, ਈਕੋਮ ਐਕਸਪ੍ਰੈਸ। ਅਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਜੀ? ਸਾਨੂੰ ਸਾਫ ਦਿੱਤਾ ਜਾਵੇ, ਸਾਡੇ ਸੱਟ ਲੱਗੀ ਹੈ। ਅਤੇ ਕਿੱਥੇ ਦੇ ਰਹਿਣ ਵਾਲੇ ਆਪਾਂ? ਆਪਾਂ ਚਾਚੋ ਵੀ। ਮੇਰਾ ਨਾਂ ਅਨਿਲ ਕੁਮਾਰ ਹੈ ਜੀ। ਹਾਂਜੀ ਸਰ, ਅਨਿਲ ਕੁਮਾਰ ਜੀ, ਸਿਵਲ ਹਸਪੀਟਲ 'ਚ ਆਏ, ਕੀ ਮਾਮਲਾ ਕੀ ਹੈ ਸਰ? ਮਾਮਲਾ ਭਾਜੀ ਸਾਡਾ ਨਾ ਆਨਲਾਈਨ ਕੋਰੀਅਰ ਕੰਪਨੀ ਦਾ ਕੰਮ ਹੈ ਜੀ, ਸਾਡੇ ਕੋਲ ਪਾਰਸਲ ਆਉਂਦੇ ਆ ਜੀ, ਅਸੀਂ ਪਾਰਸਲ ਦਿੰਦੇ ਹਾਂ। ਉਹ ਮੁੰਡਾ ਮੇਰੇ ਕੋਲ ਕੰਮ ਕਰਦੇ ਆ ਜੀ, ਸਵੇਰੇ ਕੋਈ ਗੱਲ ਨਹੀਂ ਹੋਈ, ਬੜੀ ਬੜੀ ਆਰਾਮ ਨਾਲ ਆਪਣਾ ਪਾਰਸਲ ਲੈ ਕੇ ਜਾਂਦੇ ਆਉਂਦੇ ਆ ਜੀ। ਉਹ ਕਈ ਦਿਨਾਂ ਤੋਂ ਨਾ ਇਹ ਲਾਗਤ ਬਾਜੀ ਕਰਦਾ ਪਿਆ ਮੁੰਡਾ, ਇਹ
ਚਾਚੂਕੀ ਦਾ ਨਾਂ ਆਇਆ ਇਹਦਾ ਸੈਣੀ ਸੈਣੀ ਜੀ। ਉਹ ਸਵੇਰ ਮੁੰਡਾ ਜਿਹੜਾ ਮੁੰਡਾ ਸੁਪਰਵਾਈਜ਼ਰ ਸੀ ਉਹਨਾਂ ਲੈਣ ਮਿਠਾਈਆਂ ਹੋ ਪਿਆ, ਠੀਕ ਹੈ ਜੀ। ਉਹ ਪਾਰਸਲ ਛੱਡ ਕੇ ਚਲਾ ਗਿਆ ਜੀ। ਅੱਜ ਉਹ ਮੁੰਡੇ ਨੂੰ ਧਮਕੀ ਦੇ ਕੇ ਗਿਆ, ਕਹਿੰਦਾ ਆਪਣੇ ਮੈਨੇਜਰ ਨੂੰ ਦੱਸ ਦੇ ਬਈ ਜੇ ਸੈਲਰੀ ਮੇਰੀ ਰੁਕੀ ਤਾਂ ਬੰਦੇ ਦਾ ਪੁੱਤ ਬਣਾ ਦਿਆਂਗੇ। ਕਹਿੰਦਾ ਤੂੰ, ਮੈਂ ਆ ਕੇ ਫੋਨ ਕੀਤਾ, ਮੈਂ ਕਿਹਾ ਯਾਰ ਤੂੰ ਦੱਸ ਰਹਾ ਕਿ ਧਮਕੀ ਦੇ ਕੇ ਗਿਆ, ਵੀ ਤੈਨੂੰ ਚੰਗੀ ਗੱਲ ਹੈਗੀ, ਤੂੰ ਇੰਨੀ ਚੁੱਕਾ ਹੈ ਨਾ ਬੁੜਾ, ਤੇਰਾ ਸਿਰ 'ਤੇ ਹੈ ਨਹੀਂ, ਅਤੇ ਤੁਸੀਂ ਕਿਹੜੇ ਚੱਕਰਾਂ 'ਚ ਪਏ ਆ? ਕਿੰਨੇ ਵਿਅਕਤੀਆਂ ਨੇ ਤੁਹਾਡੇ ਹੀ ਦੁਕਾਨ ਦੇ ਉੱਪਰ ਆ ਗਏ? ਚਾਰ ਪੰਜ ਜਣੇ ਆਏ, ਦਫ਼ਤਰ ਆਏ। ਕਿਸ ਚੀਜ਼ ਨਾਲ ਹਮਲਾ ਕੀਤਾ ਉਹਨਾਂ ਨੇ? ਦਫ਼ਤਰ ਆਏ, ਉਹਨਾਂ ਕੋਲ ਪਲਾਸ ਸੀਗੇ, ਕੈਂਚੀਆਂ ਸੀਗੀਆਂ, ਕੜੇ ਸੀਗੇ, ਹੋਰ ਪਤਾ ਨਹੀਂ ਕੀ ਕੀ। ਕੋਈ ਸੀਸੀਟੀਵੀ ਕੈਮਰੇ ਆਏ ਬੰਦੇ ਜਿਹਨਾਂ ਨੇ ਮਤਲਬ ਕਿ ਤੋੜ ਭੰਨ ਕੀਤੀ? ਆਏ ਆ ਤੇ ਰਿਕਾਰਡਿੰਗ ਹੈਗੀ ਸਾਡੇ ਕੋਲ, ਰਿਕਾਰਡਿੰਗ ਹੈਗੀ ਤੁਹਾਡੇ ਕੋਲ? ਦਫ਼ਤਰ ਆ ਕੇ ਮੈਂ ਦਫ਼ਤਰ ਦੇ ਅੰਦਰ ਰੌਣਾ ਪਾਓ, ਬਾਹਰ ਆ ਕੇ ਗੱਲ ਕਰ ਲਓ। ਸਾਨੂੰ ਕੀ ਪਤਾ ਬਾਹਰ ਆ ਕੇ ਇਹਨਾਂ ਨੇ ਸਾਡੇ 'ਤੇ ਹਮਲਾ ਕਰ ਦੇਣਾ। ਕਿਸ ਚੀਜ਼ ਨਾਲ ਹਮਲਾ ਕੀਤਾ ਤੁਹਾਡੇ 'ਤੇ? ਪਲਾਸ ਸੀਗਾ ਮੁੰਡੇ ਕੋਲ, 1 ਇੰਚੀ ਸੀਗੀ ਇੱਕ ਤੋਂ, ਅਤੇ ਉਹ ਮੁੰਡਾ ਮੇਰਾ ਨਾਮ ਪਹਿਚਾਣ ਦੇ ਵਿੱਚ ਹੈ ਜਿਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ? ਇੱਕ ਦਾ ਨਾਂ ਵਿਜੇ ਸੈਣੀ ਹੈ ਜੀ, ਕੁਮਾਰ ਟੋਨ ਦਾ ਆ, ਇੱਕ ਦਾ ਨਾਂ ਰਾਹੁਲ ਹੈ ਜੀ, ਇੱਕ ਮਨਜੀਤ ਕੁਮਾਰ ਆ ਜੀ, ਇੱਕ ਮੁੰਡਾ ਜੱਸਾ ਨਾਲ ਆਇਆ ਸੀਗਾ ਜੀ, ਪਰ ਉਹਨੇ ਕੁਛ ਨਹੀਂ ਕਿਹਾ, ਉਹ ਸਾਈਡ ਦੇ ਹੋ ਕੇ ਖੜ ਗਿਆ। ਜਿਹੜੇ ਵਿਅਕਤੀ ਚਾਰ ਆਏ ਸੀ ਇਹ ਤੁਹਾਡੀ ਜੋਬ ਦੇ ਮਤਲਬ ਕਿ ਦੁਕਾਨ ਦੇ ਉੱਪਰ ਜੋਬ ਕਰਦੇ ਜਾਂ ਕਿੱਦਾਂ? ਹਾਂਜੀ ਕੰਮ ਕਰਦੇ ਆ, ਇਹਨਾਂ ਵਿੱਚੋਂ 2 ਬੰਦੇ ਕੰਮ ਕਰਦੇ ਆ, 2 ਬੰਦੇ ਹੱਥ ਚੁੱਕੇ। ਇਸ ਮਾਮਲੇ ਨੂੰ ਲੈ ਕੇ ਤੁਸੀਂ ਪੁਲਿਸ ਸ਼ਿਕਾਇਤ ਕੀਤੀ ਸਰ? ਮੈਂ PCR ਨੂੰ 100 ਨੰਬਰ 'ਤੇ ਕੰਪਲੇਂਟ ਕਰ। ਪੁਲਿਸ ਆਈ ਸੀ ਮੌਕੇ 'ਤੇ? ਨਾਲ ਅਸੀਂ ਇੱਧਰ ਆ ਗਏ ਸੀਗੇ ਜੀ, ਹੁਣ ਬਾਅਦ 'ਚ ਪਤਾ ਨਹੀਂ ਆਏ ਕਿ ਨਹੀਂ ਆਏ। ਕਿੰਨੇ ਕੁ ਵਜੇ ਹਾਦਸਾ ਹੋਇਆ ਸਰ? ਇਹ ਹੋ ਗਿਆ 1/2 ਘੰਟਾ ਪਹਿਲੇ ਦੀ ਗੱਲ ਹੈ ਜੀ। ਦੁਕਾਨ ਦੀ ਤਾਂ ਨਹੀਂ ਕੋਈ ਤੋੜ ਭੰਨ ਕੀਤੀ ਇਹਨਾਂ ਨੇ? ਨਹੀਂ ਸਰ, ਦੁਕਾਨ ਦੀ ਤਾਂ ਬਾਹਰ ਆ ਕੇ ਕੀਤੀ। ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਤੁਸੀਂ? ਪ੍ਰਸ਼ਾਸਨ ਅਸੀਂ ਕਹਿੰਦੇ ਵੀ ਸਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਠੀਕ ਹੈ ਕੰਮ ਕਰਦੇ ਹਾਂ, ਪਰ ਕੰਮ ਕਰਦਾ ਇਹ ਮਤਲਬ ਕਿ ਹੁਣ ਤੁਹਾਨੂੰ ਕੰਮ ਨਹੀਂ ਥੋੜ੍ਹਾ ਦਿੱਤੇ ਆ, ਤਾਂ ਇਹਨਾਂ ਮਤਲਬ ਮੁੰਡੇ ਇਕੱਠੇ ਕਰਕੇ ਮੁੰਡੇ ਇਕੱਠੇ ਕਰਕੇ ਲਿਆ ਕੇ ਅੱਗੇ ਵੀ ਇੱਕ ਦੋ ਵਾਰੀ ਮੈਨੂੰ ਧਮਕੀਆਂ ਦਿੱਤੀਆਂ, ਇਹਨਾਂ ਨੇ ਗੱਲ ਮਾਰ ਦਿੱਤੀਆਂ। ਸਰ ਆਪਣੀ ਮੈਂ ਕਿ ਦੁਕਾਨ ਕਿੱਥੇ ਆ, ਕਿਸ ਰੋਡ ਦੇ ਉੱਪਰ? ਲਾਈ ਰੋਡ 'ਤੇ ਆ ਜੀ, ਈ ਕਾਮ ਐਕਸਪ੍ਰੈਸ ਦਾ ਆਫਿਸ ਹੈ ਸਿਟੀ ਪੈਲੇਸ ਦੇ ਸਾਹਮਣੇ। ਆਪਣਾ ਗੁੱਡ ਨੇਮ ਕੀ ਹੈ ਸਰ? ਅਨਿਲ ਕੁਮਾਰ ਜੀ।